ਪ੍ਰੈਕਟੀਕਲੀ ਗੱਲ ਕਰਦੇ ਹਾਂ ਆਪਾਂ, ਹਵਾ 'ਚ ਨਹੀਂ ਤੀਰ ਮਾਰਦੇ, ਠੀਕ ਹੈ, ਪ੍ਰੈਕਟੀਕਲੀ ਗੱਲ ਕਰਾਂਗੇ। ਮੈਂ ਸੀ ਪਲੱਸ ਟੂ ਦੇ ਵਿੱਚ, ਮੇਰੀ ਹੁਣ ਤੁਸੀਂ ਏਜ ਦਾ ਹਿਸਾਬ ਲਾਉਣ ਲੱਗ ਜਾਓਗੇ। ਪਲੱਸ ਟੂ ਦੇ ਵਿੱਚ ਮੈਂ 10ਵੀਂ 8ਵੀਂ ਤੱਕ ਠੀਕ ਸਟੂਡੈਂਟ ਸੀ, ਉਦੋਂ ਬਾਅਦ ਮੇਰਾ ਕੱਦ ਰੁਕ ਗਿਆ, ਮੈਨੂੰ ਲੋਕ ਛੇੜਨ ਲੱਗ ਗਏ, ਖਿਝਾਉਣ ਲੱਗ ਗਏ, ਮੈਂ ਸੜੀਅਲ ਬਣ ਗਿਆ, ਮੇਰੇ ਨੰਬਰ ਘੱਟ ਆਉਣ ਲੱਗ ਗਏ। 55-56% ਵਿੱਚ 10ਵੀਂ ਕੀਤੀ, ਫਿਰ 11ਵੀਂ ਵਿੱਚ ਫੇਲ ਹੋ ਗਿਆ, ਫਿਰ ਅੱਗੇ ਜਾ ਕੇ ਫਿਰ 11ਵੀਂ ਦਾਖਲਾ ਲਿਆ, ਫਿਰ ਰੀਪੇਅਰ ਆ ਗਈ, ਬੜੇ ਟੰਟੇ ਨਾਲ ਨਾਲ ਕੱਦ ਵਾਲਾ ਚੱਲਦਾ ਰਿਹਾ ਟੰਟਾ। ਦਰਅਸਲ ਕੱਦ ਕਰਕੇ, ਲੋਕਾਂ ਦੇ ਖਿਝਾਉਣ ਕਰਕੇ ਪੜ੍ਹਾਈ 'ਚ ਬ੍ਰੇਕਾਂ ਲੱਗੀਆਂ ਹੋਈਆਂ ਸੀ। ਸੋ ਮੈਂ ਨਾ ਗੁਰਦੁਆਰੇ ਜਾਣਾ ਸ਼ੁਰੂ ਕਰਤਾ, ਮੰਦਰਾਂ 'ਚ ਜਾਣਾ ਸ਼ੁਰੂ ਕਰਤਾ, ਮੱਥੇ ਘਸਾਉਣੇ ਸ਼ੁਰੂ ਕਰਤੇ। ਮੈਂ ਸੁੱਖਣਾ ਸੁੱਖ ਲਈ ਕਿ ਮੇਰਾ ਕੱਦ ਵੱਧ ਜਾਵੇ, ਮੇਰਾ ਕੱਦ ਵੱਧ ਜਾਵੇ, ਪੜ੍ਹਾਈ ਲਿਖਾਈ ਕਰਨੀ ਧਿਆਨ ਨਹੀਂ, ਖਿਝਣ ਲੱਗ ਗਿਆ ਸਾਰਾ। ਸੋ ਇੱਕ ਦਿਨ ਨਾ ਮੈਂ ਗੁਰਦੁਆਰੇ ਦੇ ਵਿੱਚੋਂ, ਗੁਰੂ ਘਰ ਦੇ ਵਿੱਚੋਂ ਆਪਣੇ ਘਰ ਨੂੰ ਆ ਰਿਹਾ ਸੀ। ਸਾਡੇ ਉੱਥੇ ਨਾ ਇੱਕ ਬਜ਼ੁਰਗ ਰਹਿੰਦੇ ਹੁੰਦੇ, ਉਹਨਾਂ ਦੀ ਉਮਰ ਮੇਰਾ ਖਿਆਲ ਉਦੋਂ ਜਦੋਂ ਮੈਂ ਪਲੱਸ ਟੂ ਸੀਗਾ ਉਦੋਂ 70 ਕੁ ਦੇ ਨੇੜੇ ਤੇੜੇ ਉਮਰ ਸੀ, ਉਹ ਕਾਫ਼ੀ ਲੰਬੀ ਉਮਰ ਭੋਗ ਕੇ ਗਏ ਨੇ, ਪਰ ਬਿਮਾਰ ਰਹਿੰਦੇ ਸੀ, ਲੰਬੀ ਉਮਰ ਫਿਰ ਵੀ ਭੋਗ ਗਈ। ਕੁੱਬ ਉਹਨਾਂ 'ਤੇ ਪਿਆ ਹੋਇਆ ਸੀ, ਮੈਂ ਤੁਹਾਨੂੰ ਜਿਵੇਂ ਜੀ ਚੱਲ ਕੇ ਦਿਖਾਵਾਂ ਤਾਂ ਮਸਾਂ ਆਏ ਆਏ ਤੁਰਦੇ ਸੀ, ਸੋਟੀ ਕੋਲੇ ਫੜੀ ਹੁੰਦੀ। ਉਹ ਮੈਂ ਅਕਸਰ ਦੇਖਦਾ ਸੀ, ਪਰ ਇੱਕ ਦਿਨ ਮੈਂ ਧਿਆਨ ਨਾਲ ਦੇਖਿਆ, ਮੈਂ ਖਿਝਿਆ ਜਾਂ ਅਰਦਾਸ ਕਰਕੇ ਆ ਰਿਹਾ ਸੀ ਵੀ ਮੈਨੂੰ 1 ਸਾਲ ਹੋ ਗਿਆ ਮੱਥਾ ਟੇਕਦੇ ਨੂੰ, ਮੇਰਾ ਕੱਦ ਹੁਣ ਤੱਕ ਨਹੀਂ ਵਧਾਇਆ, ਮੇਰਾ ਨਾ ਕੀ ਮੈਂ ਤਾਂ ਫਿਰ ਜਾਂ ਤੂੰ ਮੈਨੂੰ ਚੱਕ ਹੀ ਲੈ, ਹੈ ਨਾ, ਮੈਂ ਸੂਏ 'ਚ ਛਾਲ ਮਾਰ ਕੇ ਮਰ ਜਾਂਦਾ, ਮੈਂ ਮਰ ਜਾਣਾ, ਜਿਵੇਂ ਅਕਸਰ ਯੂਥ ਲਾਂਭੇ ਦਿੰਦੀ ਹੈ ਜਾਂ ਹੁਣ ਵੀ ਲੋਕ ਸੋਚ ਜਾਂਦੇ ਨੇ ਮੈਂ ਮਰ ਜਾਣਾ। ਮਰਨ ਨਾਲ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ, ਜਿਉਣਾ ਬਹੁਤ ਕਮਾਲ ਹੈ। ਸੋ ਮੈਂ ਜਦੋਂ ਉਸ ਬਜ਼ੁਰਗ ਕੋਲ ਦੀ, ਉਹਨਾਂ ਕੋਲ ਦੀ ਨਿਕਲਿਆ, ਉਹਨਾਂ ਦੇ ਕੁੱਬ ਪਿਆ ਹੋਇਆ, ਸੋਟੀ ਫੜੀ ਹੋਈ, 70 ਸਾਲ ਦੀ ਉਹਨਾਂ ਦੀ ਉਮਰ ਸੀ ਉਦੋਂ, ਉਹ ਹੌਲੀ ਹੌਲੀ ਜਾ ਰਹੇ ਨੇ ਪਾਠ ਕਰਦੇ, ਹੈ ਨਾ, ਪਾਠ ਕਰਦੇ ਨੇ, ਕਰਤਾ ਪੁਰਖ ਨਿਰਭਉ ਨਿਰਬੈਰ ਅਕਾਲ ਮੂਰਤ ਅਜੂਨੀ ਸਹਿ ਭੰਗ, ਕਰਤਾ ਪੁਰਖ, ਕਰਤਾ ਪੁਰਖ ਅਕਾਲ ਮੂਰਤ, ਸ਼ੁਕਰ ਹੈ ਭਾਈ ਸ਼ੁਕਰ ਹੈ। ਜਿਹੜਾ ਕੋਈ ਮੂਹਰੋਂ ਲੰਘਿਆ ਕਰੇ, ਸਤਿ ਸ਼੍ਰੀ ਅਕਾਲ ਬਾਬਾ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਆ ਬਾਬਾ, ਚੜ੍ਹਦੀ ਕਲਾ, ਕਿਵੇਂ ਆ ਬਾਬਾ, ਚੜ੍ਹਦੀ ਕਲਾ। ਤੁਸੀਂ ਹੁਣ ਦੇਖੋਗੇ, ਮੈਂ ਅਕਸਰ ਜਦੋਂ ਮੈਨੂੰ ਕੋਈ ਪੁੱਛਦਾ ਹੈ ਜਾਂ ਜਿਹੜੇ ਮੇਰੇ ਪਸੰਦ ਕਰਨ ਵਾਲੇ ਹੋਣਗੇ, ਜਿਹੜੇ ਮੈਨੂੰ ਮੈਸੇਜ ਕਰਦੇ ਨੇ ਇੰਸਟਾਗ੍ਰਾਮ 'ਤੇ, ਫੇਸਬੁੱਕ ਉੱਤੇ, ਜਾਂ ਮੈਨੂੰ ਲਾਈਫ 'ਚ ਜਾਣਦੇ ਨੇ, ਮੇਰਾ ਇੱਕ ਹਮੇਸ਼ਾ ਜਵਾਬ ਹੁੰਦਾ, ਚੜ੍ਹਦੀ ਕਲਾ। ਮੈਨੂੰ ਪੁੱਛੋ ਕੀ ਹਾਲ ਹੈ, ਮੈਂ ਕਹੂੰਗਾ ਚੜ੍ਹਦੀ ਕਲਾ। ਇੱਕ ਮੈਂ ਹਮੇਸ਼ਾ ਕਿਸੇ ਨੂੰ ਕਹਿੰਦਾ ਖੁਸ਼ ਰਹੋ। ਸਰ ਮੇਰੀ ਇੱਕ ਗੱਲ ਵੱਲ ਧਿਆਨ ਜ਼ਰੂਰ ਰਹਿਣਾ ਕਿ ਸਾਡੇ ਅੱਗੇ ਸਮੱਸਿਆਵਾਂ ਵਧਣੇ ਪਰ ਹੱਲ ਭਟਣੇ, ਸਾਨੂੰ ਹੱਲ ਲੱਭਣ ਵੇਲੇ ਹੱਲ ਨਹੀਂ ਲੱਭਦੇ, ਸਗੋਂ ਭਟਕਣਾਵਾਂ ਮਿਲਦੀਆਂ ਨੇ। ਹਾਲਾਤ ਇਹ ਨੇ ਕਿ ਮਾਨਸਿਕ ਤੌਰ 'ਤੇ ਪਰੇਸ਼ਾਨੀ ਮਿਲ ਰਹੀ ਹੈ, ਐਵੇਂ ਲੱਗਦਾ ਕਿ ਸਮਾਜ ਦੇ ਡੂੰਘੇ ਦੱਬੇ ਜਾ ਰਹੇ ਹਾਂ ਰੋਜ਼ਾਨਾ। ਗੁਰਪ੍ਰੀਤ, ਸਾਰੀ ਗੱਲ ਸੁਣੋ ਫਿਰ, ਹੈ ਨਾ, ਫਿਰ ਆਪਾਂ ਇਸ, ਮੈਂ ਤੁਹਾਡੀ ਗੱਲ ਸਮਝ ਗਿਆ, ਤੁਹਾਡੀ ਗੱਲ ਦੇ ਜਵਾਬ 'ਚ ਹੀ ਆ ਰਿਹਾ ਮੈਂ। ਗੁਰਪ੍ਰੀਤ ਸੁਣ ਰਹੇ ਹੋ ਤੁਸੀਂ, ਗੁਰਪ੍ਰੀਤ ਹਾਣੀ, ਇੱਕ ਦਾ ਸਰਦਾਰ ਜੀ ਦਾ ਆਇਆ ਸੁਖਦੀਪ ਸਿੰਘ ਦਾ, ਸਰਦਾਰ ਜੀ, ਸਰ ਜੀ ਇੱਕ ਚੰਗਾ ਇਨਸਾਨ ਕਿਵੇਂ ਬਣਨਾ, ਉਹੀ ਗੱਲਾਂ 'ਤੇ ਆ ਰਹੇ ਆਪਾਂ, ਤੁਸੀਂ ਸੁਣੋ, ਮੈਂ ਫਿਰ ਬੈਠੂੰਗਾ, ਮੈਂ ਕਹੂੰਗਾ ਕਿ ਹੁਣ ਮੈਂ ਚੁੱਪ ਹਾਂ, ਤੁਹਾਡੇ ਸਵਾਲ ਪੜ੍ਹ ਕੇ ਜਵਾਬ ਦਿੰਦਾ, ਠੀਕ ਹੈ। ਤੁਸੀਂ ਮੈਨੂੰ ਹੁਣ ਲਗਾਤਾਰ 15-20 ਮਿੰਟ ਲਗਾਤਾਰ ਸੁਣੋ, ਫਿਰ ਉਸ ਤੋਂ ਬਾਅਦ ਤੁਹਾਡੇ ਕੁਐਸਚਨਾਂ ਦੇ ਜਵਾਬ ਦੂੰਗਾ। ਹਾਲੇ ਮੈਨੂੰ 16 ਮਿੰਟ ਹੋਏ ਨੇ, ਮੈਂ ਸਟੋਪ ਵਾਚ ਲਾਈ ਹੋਈ ਹੈ, 15-20 ਮਿੰਟ ਹੋਰ ਦੋ, ਫਿਰ ਤੁਹਾਡੇ ਸਵਾਲਾਂ ਦਾ ਜਵਾਬ ਦੂੰਗਾ, ਠੀਕ ਹੈ। ਫਿਰ ਜੇ ਕੋਈ ਰਹਿ ਗਿਆ ਕੋਈ ਸਵਾਲ ਫਿਰ ਕਰਨਾ। ਕਿੱਥੇ ਸੀ ਮੈਂ, ਹਾਂ, ਸੋ ਉਹ ਫਿਰ ਉਹਨਾਂ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ, ਕਿਵੇਂ ਆ ਬਾਬਾ, ਚੜ੍ਹਦੀ ਕਲਾ, ਖੁਸ਼ ਰਹੋ, ਹੈ ਨਾ, ਨਾਲ ਉਹਨਾਂ ਨੇ, ਹੁਣ ਮੇਰੇ ਕੋਲ 2 ਸ਼ਬਦ ਨੇ ਉਹਨਾਂ ਦੇ, ਚੜ੍ਹਦੀ ਕਲਾ, ਖੁਸ਼ ਰਹੋ। ਪਰ ਉਦੋਂ ਇੱਕ ਗੱਲ ਮੈਨੂੰ ਸਮਝ ਆਈ, ਮੈਂ ਕਿਹਾ ਯਾਰ ਇਹ ਦਿਮਾਗ 'ਚ ਮੇਰੇ ਖਟਕੀ ਵੀ ਇਹ ਬਾਬੇ ਦੇ ਕੁੱਬ ਪਿਆ ਹੋਇਆ, 70 ਸਾਲ ਦੀ ਉਮਰ ਹੈ, ਕਰਤਾ ਪੁਰਖ ਕਰਦਾ ਜਾਂਦਾ, ਚਿਹਰਾ ਬੜਾ ਨੂਰੀ ਹੈ, ਬਿਮਾਰ ਵੀ ਰਹਿੰਦਾ, ਪਰ ਇਹਨੂੰ ਬਿਮਾਰੀ ਦਾ ਕੋਈ ਹੋਰ ਨਹੀਂ, ਨਿੱਤ ਗੁਰਦੁਆਰੇ ਆਉਂਦਾ, ਨਿੱਤ ਜਾਂਦਾ, ਨਿੱਤ ਲੋਕਾਂ ਨੂੰ ਮਿਲਦਾ, ਕਦੇ ਸੂਏ ਦੇ ਪੁਲ 'ਤੇ ਖੜ੍ਹਾ ਹੁੰਦਾ, ਕਦੇ ਕਿਸੇ ਕੋਲੇ ਖੜ੍ਹਾ ਹੁੰਦਾ। ਉਹ ਬਾਬਾ ਮੇਰੇ ਅੰਦਰ ਬਹਿ ਗਿਆ, ਉਹਦਾ ਝੁਕੀ ਹੋਈ ਜਿਹੜੀ ਐਂ ਬਿਮਾਰੀ ਨੇ ਧੋਣ ਝੁਕਾਈ ਹੋਈ ਸੀ, ਅਤੇ ਉਹਦੀ ਕੋਲ ਜਿਹੜੀ ਸੋਟੀ ਫੜੀ ਹੋਈ ਸੀ, ਮੈਨੂੰ ਐਂ ਲੱਗਾ ਬਾਬੇ ਨੇ ਜਿਵੇਂ ਪੱਟ ਕੇ ਸੋਟੀ ਮਰੇ ਪਿੱਛੇ ਮਰੀ ਹੁੰਦੀ ਹੈ, ਅਤੇ ਉਹਦੀ ਜਿਹੜੀ ਝੁਕੀ ਹੋਈ ਧੋਣ ਸੀ, ਉਹਦੀ ਝੁਕੀ ਹੋਈ ਧੋਣ ਨੇ ਜਿਵੇਂ ਮੇਰੀ ਆ ਧੋਣ ਦੇ ਥੱਲੇ ਹੱਥ ਦੇ ਕੇ ਆਪਣੀ ਗਰਦਨ ਦੇ ਕੇ ਐਂ ਮੇਰੀ ਧੋਣ ਖੜੀ ਕਰਤੀ। ਮਤਲਬ ਉਹ ਮੈਨੂੰ ਐਨਰਜੀ ਦੇ ਕੇ ਗਿਆ, ਇੱਕ ਬੰਦਾ ਚੜ੍ਹਦੀ ਕਲਾ, ਖੁਸ਼ ਰਹੋ, ਕਰਤਾ ਪੁਰਖ, ਕਰਤਾ ਪੁਰਖ, ਕਰਤਾ ਪੁਰਖ ਦਾ ਇੱਕ ਮੰਤਰ ਸਮਝ ਆਇਆ। ਫਿਰ ਉਸ ਬਾਬੇ ਦੀ ਹਿਸਟਰੀ ਮੈਨੂੰ ਹੌਲੀ ਹੌਲੀ ਆਉਣ ਵਾਲੇ ਸਾਲਾਂ 'ਚ ਪਤਾ ਲੱਗੀ, ਜਦੋਂ ਮੈਂ ਫਿਰ ਆਪਣੇ ਕੱਦ ਦੇ ਇਨਫੀਰੀਅਰਟੀ ਕੰਪਲੈਕਸ ਦੇ ਵਿੱਚੋਂ ਨਿਕਲਿਆ,
ਜਦੋਂ ਮੈਨੂੰ ਸਾਰੇ ਪਾਸੇ ਇਹ ਲੱਗਦਾ ਸੀ ਕਿ ਹਨੇਰਾ, ਮੇਰਾ ਕੁਛ ਨਹੀਂ ਬਣਨਾ, ਮੇਰਾ ਕੁਛ ਨਹੀਂ ਬਣਨਾ, ਮੈਨੂੰ ਲੋਕ ਵੀ, ਮੈਨੂੰ ਤਾਂ ਇੱਥੇ ਤੱਕ ਬੁੜੀਆਂ ਕਹਿੰਦੀਆਂ ਸੀ ਕਿ ਵੀ ਤੇਰਾ ਵਿਆਹ ਹੋ ਜੂਗਾ, ਤੇਰੇ ਲਈ ਤੇਰੀ ਮਾਂ ਕੁੜੀ ਕਿਵੇਂ ਲੱਭੂਗੀ, ਤੂੰ ਆਪ ਐਡਾ ਕਹਿ, ਕੁੜੀ ਤਾਂ ਤੂੰ ਛੋਟੀ ਲੱਭਣਗੇ, ਫਿਰ ਤੇਰੇ ਜਵਾਕ ਨਿੱਕੇ ਨਿੱਕੇ ਰਹਿ ਜਾਣਗੇ। ਮਤਲਬ ਮੈਨੂੰ ਐਂ ਲੱਗਣ ਲੱਗਾ ਸੀ ਮੈਂ ਦੁਨੀਆ ਦਾ ਕੋਈ ਅਜੂਬਾ ਹੀ ਪੈਦਾ ਹੋਇਆ, ਮੇਰਾ ਤਾਂ ਵਿਆਹ ਹੀ ਨਹੀਂ ਹੋਣਾ। ਹੁਣ ਮੇਰੀ ਤੁਸੀਂ ਵਾਈਫ ਦੇਖੋਗੇ ਤਾਂ ਕਦੇ ਕਦੇ ਜੈਲਸੀ ਵੀ ਕਰਾਉਂਦੇ ਵਿੱਚ, ਪੜ੍ਹੀ ਲਿਖੀ ਹੈ, ਬਹੁਤ ਸੋਹਣੀ ਹੈ, ਮੇਰੇ ਬੱਚੇ ਬਹੁਤ ਪਿਆਰੇ ਨੇ, ਨੱਲੇ ਨਹੀਂ ਕੱਦ ਕਾਟ ਦੀ ਨਹੀਂ, ਮੇਰੇ ਅੰਦਰ ਲੋਕਾਂ ਨੇ ਪਾਇਆ, ਉਸ ਬਾਬੇ ਨੇ ਮੈਨੂੰ ਅੰਦਰੋਂ ਜਗਾਇਆ, ਉਸ ਬਾਬੇ ਦੀ ਮੈਨੂੰ ਹਿਸਟਰੀ ਪਤਾ ਲੱਗੀ, ਉਸ ਬਾਬੇ ਦਾ ਜਿਹੜਾ ਨੌਜਵਾਨ ਪੁੱਤ ਸੀਗਾ, ਉਹ ਨੌਜਵਾਨ ਪੁੱਤ ਬਾਬੇ ਦਾ 84 ਦੇ ਵਿੱਚ ਦਿੱਲੀ ਦੰਗਿਆਂ ਦੇ ਵਿੱਚ ਮਾਰਿਆ ਗਿਆ ਸੀ, ਉਸ ਬਾਬੇ ਦੀ ਜਿਹੜੀ ਧੀ ਸੀ ਉਹ ਥੋੜ੍ਹੀ ਜਿਹੀ ਮੈਂਟਲੀ ਰਿਟਾਇਰਡ ਸੀ। ਸੋ ਦੋ ਬੱਚੇ, ਬੀਵੀ ਉਹਦੀ ਗੁਜਰੀ ਨੂੰ ਕਾਫੀ ਟਾਈਮ ਹੋ ਗਿਆ ਸੀ, ਇਕੱਲਾ ਰਹਿੰਦਾ ਸੀ, ਰੋਟੀ ਕਦੇ ਕਿਸੇ ਦੇ ਖਾ ਲੈਂਦਾ ਸੀ, ਕਦੇ ਆਪ ਬਣਾ ਲੈਂਦਾ ਸੀ, ਕਦੇ ਉਹ ਮਤਲਬ ਢਾਬੇ 'ਤੇ ਜਾ ਕੇ ਖਾ ਲੈਂਦਾ ਸੀ, ਅਤੇ ਆਪ ਕੰਮ ਕਰਦੇ ਸੀ ਉਹ, ਕੋਈ ਕੰਮ ਮੇਰਾ ਖਿਆਲ ਹੱਥ ਦਾ ਕਰਦੇ ਸੀ, ਕੋਈ ਮੈਂ ਸਿਲਾਈ ਦਾ ਕਰਦੇ ਸੀ ਸ਼ਾਇਦ ਕੰਮ, ਹਾਂ ਸਿਲਾਈ ਦਾ ਕੰਮ ਕਰਦੇ ਸੀ। ਸੋ ਇਸ ਤਰ੍ਹਾਂ ਦੇ ਬੰਦੇ ਉਹ ਕੋਲੋਂ ਵੀ ਦੇਖਿਆ ਵੀ ਬੜੀ ਚੜ੍ਹਦੀ ਕਲਾ ਵਾਲਾ ਬੰਦਾ, ਅਤੇ ਮੈਂ ਸੋਚਿਆ ਮੈਂ ਤਾਂ, ਮੇਰੀ ਉਮਰ ਹੀ ਕੁਛ ਨਹੀਂ, ਮੇਰੀ ਉਮਰ ਮਸਾਂ 19-20 ਸਾਲ ਦੀ ਉਮਰ ਹੈ ਮੇਰੀ, ਅਤੇ ਮੈਂ ਕਿਹੜੀਆਂ ਗੱਲਾਂ ਦੇ ਵਿੱਚ ਪਿਆ। ਸੋ ਉੱਥੋਂ ਇੱਕ ਤਾਂ ਹੌਸਲਾ ਮਿਲਿਆ, ਦੂਜਾ ਫਿਰ ਮੈਂ ਕਿਤਾਬਾਂ ਨਾਲ ਜੁੜਿਆ, ਕਿਤਾਬਾਂ ਪੜ੍ਹਨ ਬਾਰੇ ਤੁਹਾਨੂੰ ਪਤਾ ਹੀ ਹੈ ਸਾਰਿਆਂ, ਤੁਸੀਂ ਪੜ੍ਹਨ ਲਿਖਣ ਵਾਲੇ ਹੋ, ਉਹ ਮੇਰੀ ਕਹਾਣੀ ਕਾਫੀ ਅੱਗੇ ਤੱਕ ਦਿਲਚਸਪ ਹੈ। ਉਸ ਤੋਂ ਬਾਅਦ ਦੇ ਚੱਲਦੇ ਹਾਂ ਜੀ, ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਫਿਰ ਮੈਂ ਦਾਖਲਾ ਲਿਆ, ਫਿਰ ਮੇਰਾ ਕੱਦ ਦਾ ਜਿਹੜਾ ਭਾਰ ਕੱਢਣ ਦਾ ਕਿਤਾਬਾਂ ਨੇ ਕੱਢਿਆ ਮੇਰੇ ਦਿਮਾਗ ਦੇ ਵਿੱਚੋਂ, ਅਤੇ ਉਹ ਬਾਬੇ ਨੇ, ਚੜ੍ਹਦੀ ਕਲਾ ਖੁਸ਼ ਰਹੋ ਵਾਲੇ ਬਾਬੇ ਨੇ, ਉਹ ਬਾਬੇ ਦਾ ਨਾਂ ਹੀ ਚੜ੍ਹਦੀ ਕਲਾ ਬਾਬਾ, ਠੀਕ ਹੈ, ਉਹਨੂੰ ਤੁਸੀਂ ਯਾਦ ਰੱਖਣਾ ਚੜ੍ਹਦੀ ਕਲਾ ਦਾ ਬਾਬਾ ਕਰਕੇ। ਸੋਹਣੇ ਮੈਨੂੰ ਬੰਦਾ ਬਣਾਇਆ, 19-21 ਗੱਲਾਂ ਨੇ, ਥੋੜ੍ਹਾ ਜਿਹਾ ਬੰਦਾ ਬਣਾਇਆ, ਮੈਂ ਪੜ੍ਹਾਈ 'ਚ ਠੀਕ ਹੋ ਗਿਆ, ਮੈਂ ਕਾਲਜ ਦਾ ਬੈਸਟ ਸਟੂਡੈਂਟ ਹੋ ਗਿਆ, ਮੈਂ ਕਾਲਜ ਦੇ ਵਿੱਚ ਨਾਟਕਾਂ 'ਚ ਭਾਗ ਲੈਣਾ ਸ਼ੁਰੂ ਕਰਤਾ, ਕਿਤਾਬਾਂ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ, ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਾ ਕੇ ਪੰਜਾਬੀ ਦੀ MA 'ਚ ਦਾਖਲਾ ਲੈ ਲਿਆ। ਉੱਥੋਂ ਦਾਖਲਾ ਲੈਣ ਤੋਂ ਬਾਅਦ ਉੱਥੇ ਵੀ ਟਵਿਸਟ ਆਉਂਦਾ ਹੈ, ਆਪਣੀ ਮਰਜ਼ੀ ਨਾਲ MA ਪੰਜਾਬੀ ਚੁਣੀ, ਪਰ ਪੜ੍ਹਦੇ ਪੜ੍ਹਦੇ ਓਨਰ ਪੰਜਾਬੀ MA, 6 ਸਬਜੈਕਟ, ਚੰਗਾ ਮਨ, ਚੰਗਾ ਡਿਪਾਰਟਮੈਂਟ ਦੇ ਵਿੱਚ ਵਧੀਆ ਬਣ ਗਏ ਦੋਸਤ ਮਿੱਤਰ, ਟੀਚਰਸ ਦੇ ਵਿੱਚ, ਪ੍ਰੋਫੈਸਰਸ ਦੇ ਵਿੱਚ ਵਧੀਆ ਇੱਜ਼ਤ ਬਣ ਗਈ, ਯੂਨੀਵਰਸਿਟੀ 'ਚ ਨਾਂ ਜਾ ਹੋ ਗਿਆ ਥੋੜ੍ਹਾ ਜਿਹਾ, ਕਿ ਮੁੰਡਾ ਛੋਟਾ ਜਿਹਾ ਸਟੇਜ 'ਤੇ ਜਾਂਦਾ, ਉਦੋਂ ਛੋਟੇ ਛੋਟੇ ਦੀ ਪਰਵਾਹ ਹੀ ਨਹੀਂ ਰਹੀ। ਪਰ ਜਦੋਂ ਐਗਜ਼ਾਮ ਨੇੜੇ ਆਉਣੇ ਸੀ, ਫਾਈਨਲ ਐਗਜ਼ਾਮ MA ਫਸਟ ਈਅਰ ਪੰਜਾਬੀ ਦੇ, ਉਦੋਂ ਮੇਰੇ ਦਿਮਾਗ ਦੇ ਵਿੱਚ ਕੁੰਤਰੇ ਪੈ ਗਈ ਕਿ ਮੈਂ ਪੰਜਾਬੀ ਦੀ MA ਨਹੀਂ ਕਰਨੀ, ਪਰ ਮੈਨੂੰ ਲੱਗਿਆ ਵੀ ਜੇ ਮੈਂ ਪੜ੍ਹਾਈ ਛੱਡਤੀ ਮੇਰੇ ਮਾਂ ਬਾਪ ਕੀ ਕਹਿਣਗੇ, ਮੇਰੇ ਸ਼ਹਿਰ ਵਾਲੇ ਕੀ ਕਹਿਣਗੇ, ਮੇਰੇ ਦੋਸਤ ਮਿੱਤਰ ਕੀ ਕਹਿਣਗੇ, ਮੈਂ ਡਿਪਰੈਸ਼ਨ 'ਚ ਰਹਿਣ ਲੱਗ ਗਿਆ। ਪੜ੍ਹ ਮੈਂ ਬਹੁਤ ਲਿਆ ਸੀ, ਪੜ੍ਹਾਈ 'ਚ ਚੰਗਾ ਸੀ, ਡਿਪਰੈਸ਼ਨ 'ਚ ਰਹਿਣ ਲੱਗ ਗਿਆ, ਮੈਨੂੰ ਐਂ ਲੱਗੇ ਵੀ ਮੇਰਾ ਤਾਂ ਕੋਈ ਮਿੱਤਰ ਨਹੀਂ, ਕੋਈ ਦੋਸਤ ਨਹੀਂ, ਮੈਂ ਕਿਸੇ ਨਾਲ ਗੱਲ ਸਾਂਝੀ ਨਹੀਂ ਕਰ ਸਕਦਾ ਯਾਰ, ਮੈਂ ਪਰੇਸ਼ਾਨ ਹੋ ਗਿਆ, ਮੈਂ ਯਾਰ ਗਲਤ ਸਬਜੈਕਟ ਲੈ ਕੇ ਪਾਸ ਗਿਆ ਯਾਰ, ਮੈਂ ਕੀ ਕਰਾਂ। ਸੱਚ ਦੱਸਾਂ ਮੇਰੀ ਡਾਇਰੀ 'ਚ ਉਹਨਾਂ ਦਿਨਾਂ 'ਚ ਕਿੰਨੇ ਵਾਰ ਲਿਖਿਆ ਕਿ ਮੇਰਾ ਮਰਨ ਨੂੰ ਜੀ ਕਰਦਾ, ਮੇਰਾ ਮਰਨ ਨੂੰ ਜੀ ਕਰਦਾ। ਮੈਂ ਜਦੋਂ ਡਾਇਰੀ ਲਿਖਦਾ ਹੁੰਦਾ ਸੀ ਤਾਂ ਸਾਡੀ ਮੈਸ ਦੇ ਵਿੱਚ ਦੂਜਾ ਬੰਦਾ ਮੇਰੀ ਜ਼ਿੰਦਗੀ 'ਚ ਜਿਹੜਾ ਹੁੰਦਾ, ਸਾਡੀ ਮੈਸ ਦੇ ਵਿੱਚ ਮੈਸ ਬੁਆਏ ਹੁੰਦਾ ਮੋਹਨ, ਨੇਪਾਲ ਤੋਂ, ਮੋਹਨ ਗੋਰਾ ਸੁਨੱਖਾ, ਫਟੇ ਜਿਹੇ ਲੀੜੇ ਪਾਏ ਹੁੰਦੇ ਉਹਦੇ, ਉਹਨੇ ਦੁੱਧ ਦੇ ਕੇ ਜਾਣਾ ਮੇਰੇ ਨਾਲ, ਹੋਰ ਰਾਣਾ ਬਾਈ ਕੈਸੇ ਹੋ ਆਪ, ਮੇਰੇ ਨਾਲ ਗੱਲਾਂ ਬਾਤਾਂ ਕਰਨੀਆਂ, ਮੈਂ ਉਹਨੂੰ ਕਾਂਚਾ ਕਹਿੰਦਾ ਹੁੰਦਾ, ਹੋਰ ਕਾਂਚੇ ਕੀ ਹਾਲ ਹੈ, ਉਹਨੇ ਮੈਨੂੰ ਦੇਖਣਾ, ਆਪ ਬਾਤ ਨਹੀਂ ਕਰਤੇ, ਆਪ ਖਿਲ ਖਿਲਾ ਕੇ ਹੱਸਦੇ ਨਹੀਂ, ਆਪ ਪੜ੍ਹਤੇ ਜ਼ਿਆਦਾ ਹੋ, ਕਿਆ ਕਰਤੇ ਹੋ ਜੀ, ਕਿਆ ਲਿਖਤੇ ਰਹਿਤੇ ਹੋ। ਮੈਂ ਉਹਨੂੰ ਦੱਸਿਆ ਕੋਈ ਗੱਲ ਨਹੀਂ ਕਰਦਾ ਸੀ, ਪਰ ਉਹਨੇ ਪਤਾ ਨਹੀਂ ਜਾਂ ਬੁੱਝ ਲਈ ਜਾਂ ਉਹ ਆਪਣੀ ਮੇਰੇ 'ਤੇ ਵਿਸ਼ਵਾਸ ਕਰਦਾ ਸੀ, ਉਹਨੇ ਲਾਈਫ ਦੀਆਂ ਆਪਣੀਆਂ ਕੁਛ ਇਹੋ ਜਿਹੀਆਂ ਗੱਲਾਂ ਦੱਸੀਆਂ ਕਿ ਉਹ ਨੇਪਾਲ ਤੋਂ ਸੀ, ਉਹਦੀ ਮਾਂ ਸੀ, ਉਹਦਾ ਪਿਓ ਦੀ ਡੈਥ ਹੋ ਗਈ ਸੀ, ਉਹਦੀਆਂ 3-4 ਸ਼ਾਇਦ ਭੈਣਾਂ ਸੀਗੀਆਂ, ਅਤੇ ਉਹ ਮੇਰੇ ਨਾਲੋਂ ਏਜ ਦੇ ਵਿੱਚ ਕਾਫੀ ਛੋਟਾ ਸੀ, ਇੱਥੇ ਉਹ ਕੰਮ ਕਰਦਾ ਸੀ ਪੰਜਾਬੀ ਯੂਨੀਵਰਸਿਟੀ ਦੀ ਮੈੱਸ ਦੇ ਵਿੱਚ, ਮੈੱਸ ਬੁਆਏ ਸੀ, ਉਹਨੇ ਦੱਸਿਆ ਕਿ ਉਹਦੀ ਮਾਂ ਬਿਮਾਰ ਹੈ, ਉਹ ਉਹਦੀਆਂ ਭੈਣਾਂ ਨੇ, ਉਹ ਇਕੱਲਾ ਕਮਾਊ ਹੈ, ਉਹ ਇੱਥੋਂ ਕਮਾਈ ਕਰਕੇ ਭੇਜਦਾ, ਕਿੰਨੀ ਕੁ ਮੈੱਸ ਬੁਆਏ ਨੂੰ ਤਨਖਾਹ ਮਿਲਦੀ ਹੋਊ ਉਹਨਾਂ ਦਿਨਾਂ 'ਚ, 1,000, 1,200, 1,500, ਹੱਦ 1,500 ਮਿਲਦੀ ਉਹਨੇ, ਮੈਨੂੰ ਤਾਂ ਲੱਗਦਾ ਉਹ ਸਾਰੇ ਪੈਸੇ ਆਪਣੀ ਮਾਂ ਨੂੰ ਭੇਜਦਾ ਸੀ। ਮੈਂ ਕਿਹਾ ਤੂੰ ਆਪਣੀ ਮਾਂ ਕੋਲ ਜਾ, ਤੂੰ ਉੱਥੇ ਕੰਮ ਕਰ ਨੇਪਾਲ, ਕਹਿੰਦਾ ਵਾਹ ਪੇ ਤੇਰੀ ਤਨਖਾਹ ਨਹੀਂ ਮਿਲੇਗੀ। ਮੈਂ ਕਿਹਾ ਤੇਰੀ ਮਾਂ ਬਿਮਾਰ ਰਹਿੰਦੀ ਹੈ। ਕਹਿੰਦਾ ਦੇਖੋ ਜਾਣਾ ਤਾਂ ਸਭੀ ਨੇ ਨਾ, ਮਾਂ ਅਗਰ ਬਿਮਾਰ ਹੈ ਉਸਕੇ ਪਾਸ ਰਹੂੰਗਾ ਤੋ ਦਵਾ ਦਾਰੂ ਨਹੀਂ ਕਰ ਸਕੂੰਗਾ, ਕਮਾਈ ਨਹੀਂ ਹੋ ਸਕੇਗੀ, ਤੋ ਹੋ ਸਕਦਾ ਮਾਂ ਪਹਿਲੇ ਚਲੀ ਜਾਏ।
अगर मैं इधर रह के काम करूंगा, मुझे इतनी तो तसल्ली है कि मैं बहनों की शादी कर लूंगा, थोड़ा बहुत कोई कमा के भेज दूंगा, माँ को दवा दारू मिल जाएगा। अगर माँ मर जाएगी तो मैं माँ के साथ मर तो नहीं सकता ना, लेकिन माँ जब तक जिंदा है उसके लिए कुछ कर तो सकता हूँ ना। अगर माँ मर जाएगी तो बहनें तो जिंदा है ना, तो उनके लिए तो कुछ कर सकता हूँ ना। अगर ना माँ मेरी जगह मर सकती है ना, मैं माँ की जगह मर सकता एक गल मैनू आज भी याद है, ना माँ मेरी जगह मर सकती है ना मैं माँ की जगह मर सकता। आप पाजी पाजी बोलते सी पाजी, आप समझ से नहीं हो, मैं अनपढ़ हूँ, मुझे समझाना नहीं आता। मैं अपने दिमाग से कहा तू अनपढ़ कितों, तू तो बड़ा पढ़िया लिखा है। मैं उसे ना गल्ला करन लग गया, मैनू उदिया गल्ला दे विचों राह मिलिया कि मेरा चाचा बोलता था तू इधर ही काम कर। मैंने कहा चाचा के नीचे लग के नहीं काम करना, क्या कहेंगे ज़्यादा से ज़्यादा, मुझे बुलाना हट जाएंगे, मेरी माँ को नहीं बुलाएंगे, आगे कौन सी मेरी माँ की देखभाल करते हैं। मैं सोचा मैं तो घट उम्र का अनपढ़ मुंडा एडा वड्डा फैसला ले बैठा है, अपने देश तो दूर है, तो मैं एक सब्जेक्ट चुन लिया तो मैं ये फैसला नहीं ले सकता कि मैं सब्जेक्ट चेंज करने नहीं, जब अपनी पढ़ाई चेंज करनी। मोहन जिन्हें मैनू अंदर मेरे जाग लाया ते मैं फैसला लिया कि पंजाबी की MA छटनी है, थिएटर एंड टेलीविजन की पढ़ाई करनी। ए दूजा बंदा मैनू मिलया अगे राह दिखाउण लई, जे मोहन ना मिलता तो मैं थिएटर एंड टेलीविजन की MA ना करता। हो सकता मैं कोई गलत फैसला ले लैंदा, हो सकता है मैं अपनी जिंदगी नूं दाव ते ला लैंदा, मैं सब तो वड्डी गुस्ताखी कर लैंदा, अज मैं दुनिया ते ना हुंदा, तुहाडे सामने ना हुंदा। हो सकता मेरे माँ बाप की एज भी घट जाती, मेरी भैनों की एज भी घट जाती मेरी दुनिया तो जान ना। अज जिंदी तुसी फोटो थां थां ते सिनेमा विच देखते हो, जिन्होंने इतने लाइव देख रहे हो, तुहानू पता ही नहीं होना सी भी कोई बंदा दुनिया ते आया सी कि नहीं। ना नीतू होरां ने मैनू मिलना सी, ना किसी होर ने मिलना सी, ना रविंदर होरां ने मिलना सी, मेरी कितने फोटो जी धूरी कितने कमरे टंगी होनी सी, हार जा पाया होना सी, मुंडा यूनिवर्सिटी गया सी जी, बस की करिए। घरदे ने भी थोड़े सालों बाद भुल भुला जाना सी, थोड़ा मोटा कदे चेते आ जाना करना सी, परसी बुरसी तो भैणों ने भी कदे कदे याद कर लिया करना सी। जो बंदा दुनिया तो चला जाता बड़ा कुछ चला जाता, पर जो बंदा अड़ के लड़ता किसी तो कुछ सीख के लड़ता फिर गल बनती है। सो गल बनी फिर मोहन राह दसेरा बनिया, फिर थिएटर की MA बिच आए, फिर थिएटर की MA बिच आके पढ़न नाल होर चीज़ां नाल बनी, फिर होर प्रॉब्लम समस्यावं आईया जिंदगी विच। जिंदगी तो समस्यावं नाल ही बनती है ना, इफ देयर इज नो प्रॉब्लम देयर इज नो लाइफ, देयर इज नो लाइफ विदाउट प्रॉब्लम, ठीक है ना। देखो साड़ी MA का नुकसान ना करो राणा रणवीर नीतू रोड़ा कहते। सो नहीं नुकसान नहीं किया ताडा, मैं दस रहा ताडे फायदे का गल, क्योंकि उसे MA पंजाबी दे करके ही मैं फैसला लिया, नहीं तो मैं पढ़ाई छड़ जानी सी। सो पढ़ाई जारी रखी अपनी, फिर मेरे होस्टल के कमरे के विच सिमरन ते बाकी होरों के सवालों वाल आना। मैं आ देखो डायरी ते तुहानू नोट किया, अपनी पुरानी डायरी कढ के मैं तुहानू दसदा मैं इत्थे की लिखिया होया, ये थोड़ा पढ़िया नहीं जाना, मैं बड़ा इंतजाम किया अज तुहाडे लई, ये भी शायद तुहाडे गल कम आ जाऊगी। ये ना मेरे होस्टल की कंध ते लिखा हुंदा सीगा, ते मतलब मैं लिखा हुंदा सी स्टूपिड, उत्थे बी स्टूपिड STUPID स्टूपिड बी स्टूपिड। सो ये बी स्टूपिड ना मेरे होस्टल दी कमरे दी कंध दे उत्ते लिखा हुंदा सी बी स्टूपिड, जिहड़ा कि कमरे दी कंध शीशा शीशा जिथे तैयार होंदे ने होस्टलां च मुंडे कुड़ियां, शीशा लग्या हुंदा सी, इस शीशे दे उत्ते लिखा हुंदा सी बी स्टूपिड, क्योंकि मैं रोज़ शीशा देखना हुंदा सी इसलिए ताकि मैनू याद करा सके। सो स्टूपिड दे माने सीगे S फॉर स्टडी, S फॉर सोशल, स्टडी करनी है मैं रोज़, चाहे वो मेरी MA थिएटर एंड टेलीविजन दी होवे, चाहे मैं लिटरेचर, मैं पढ़ना ही पढ़ना है रोज़ बिना क्लासा तो, सवेरे उठ के पढ़ा चाहे शाम को पढ़ा, चाहे सौन लगे पढ़ा, चाहे लाइब्रेरी पढ़ा, मैं बिना सिलेबस तो पढ़ना ही पढ़ना है लिटरेचर, चाहे मैं नावल पढ़ा, चाहे मैं किताबा पढ़ा, चाहे
चाहे मैं कुछ भी पोइट्री जो मर्जी पढ़ा, मैं टाइम पढ़ना ही पढ़ना है, स्टडी करनी ही करनी है। मैं लिखा ऐसे थे, एस फॉर स्टूपिड, एस फॉर सोशल। मैं पढ़ने बिच उलझ के थिएटर वाला होने करके, नाटकों दी रिहर्सलां करके, जां कदे भी इस तरह नहीं करना कि मैं सोशल ना रहा, मैं अपने आप ही सीमित हो जा, जां मैनू कोई दुख तकलीफ उदासी है तो मैं अपने आप तक ही रह जा कि ना जी सोशल नालों समाज नालों मैं टुटी जावां। नो, समाज नाल मैं जुड़े रहना। इसी एस नाल स्टूपिड बनाना है, तुसी भी नोट कर लो, STUPID कम आ सकता है तुम्हें। स्टडी सोशल, तो दैन आती है टी टैंपरामेंट। जोड़ा टैंपरामेंट है ना अपना, वो सही रखना है। मैनू गुस्सा बहुत होता, बहुत ज्यादा भावुक हो जाता सी, रोन लग जाना, फैसला निकी जी गल का, किसी ने निकी जी गल कहती दिल नूं ला लानी, कोई ना बिना लॉजिक तो सोचे बिना कोई रिएक्ट कर देना, किसी चीज़ के मगर पै जाना, किसी ना लड़ पाना, हरख जाना, बिना हसना तो हसी जाना, रोन लग गए उदास हो गए तो उदास ही रहना है, 5-5 6-6 घंटे, 10-10 घंटे, 11-11 घंटे, चित्त नूं दिल नूं पाली लग गई, लॉजिक ना रहने ही नहीं। मतलब टैंपरामेंट इन्ना बिगड़िया होया सी मेरा, मैनू ऐ लगता सी मैं बंदा कि नौ तरीका। सो मैं अपने आप ने कहा, मैं कह किसी ने नहीं इलाज करना मेरा, मैनू खुद इलाज करना पो। मैनू रोज़ मेरा शीशा, जो मैं शीशे मूहरे बाल बूल पाँगा, तैयार हों, कपड़े कपड़े पाँगा, तो मैनू टी सी जी टैंपरामेंट याद करवा। दूजा होंगे ने टैबू। टैबू मतलब सानू कुछ समाज दिता है, वो तोड़ने पैंदे ने, कुछ साढ़े अपने खड़ियाँ कीतियाँ होंगे ने चीज़ा। मेरा कुछ बनना नहीं, मेरे बारे कोई सोचता नहीं, मेरा कोई मैं सब का भला करता, मेरा कोई भला नहीं करता, मेरा कोई चंगा मित्र ही नहीं, मैनू कोई समझता ही नहीं, मैं ये लायक नहीं हैगा, मैं जिन्नी मर्जी मेहनत करना कुछ बनना नहीं, मेरे करन करके की हो जूगा, टै कै पै चै, किन्नी क्वेश्चन, किनिया रोक, किन्नी फुल स्टॉप, बड़ा कुछ जेडे असी आप खड़े किते हैं। कुछ समाज ने आए नहीं करना, कुड़ियां आए नहीं कर सकदियां, मुंडे आए नहीं कर सकते, पढ़न लगे आ नहीं कर सकते, इस उम्र च ये नहीं कर सकते, आ ये उम्र नहीं हैगी करन दी, इस तो बाद ये करना, ना ना अपने तो समाज के बच्चे हुंदा नहीं, अपनी जात नहीं ये अलाउ करती, अपना धर्म नहीं ये अलाउ करता। तो मैं सोचा इंसानियत की अलाउ करती है, बंदे होना की अलाउ करता है। सो वो टैबू तोड़े, कड़क कड़क तकलीफा हुई, नहीं डर लग्या करे की होगा, पर जो टुटदा सी उहदा रिजल्ट मिलता सी, वह बहुत स्वाद दिंदा सी, वह बहुत स्वाद दिंदा सी, फिर वो टैबू तोड़े। सो टी नाल हो आया, फिर यू नाल अपडेट रहना, अपने आप नूं अपडेट रखना, कि ये नहीं कि थिएटर कर रहे हैं, किताबा पढ़ रहे हैं, पर अपडेट है ही नहीं दुनिया विच की हो रहा है, की नहीं हो रहा, की चंगा वापर रहा है, की गलत वापर रहा है, की ठीक ठीक वापर रहा है, मेरे सीनियर की कर रहे हैं, मेरे जूनियर की कर रहे हैं, पंजाबी डिपार्टमेंट वाले की कर रहे हैं, लॉ वाले की कर रहे हैं, स्पोर्ट्स वाले की कर रहे हैं, साइकोलॉजी वाले की कर रहे हैं, फिलोसफी वाले की कर रहे हैं, सारा यूनिवर्सिटी बारे, आसे पासे बारे, पंजाब स्टेट बारे, अपने आप को दुनिया बारे अपडेट रखना, ये रख लिया, अपडेट रखन लग गया। वो हुण तक ये जिहड़ा स्टूपिड है ना, ये हुण भी नाल चलता है, हुण मेरे दिमाग च, हुण मैनूं शीशे दे पढ़न दी लोड़ नहीं पैंदी, बी स्टूपिड आ मैं पहना, मैं प्राउड टू बी स्टूपिड, मैं कहना कि मैं स्टूपिड हाँ, मेरे वर्गा स्टूपिड बनना चाहिए सानूं। सो उस तो बाद सी अंडरस्टैंडिंग यू दे नाल, जदों असीं ना अपने आप नूं पहला अंडरस्टैंड करना शुरू करते हैं, फिर तुहानूं लगना आता कि इन्हों आ भी समझता है, मैंने वो भी समझता है। जिनी देर असं खुद को नहीं समझते, खुद को अंडरस्टैंड नहीं करते, उन्नी देर सूँ यह लगता मैं मेरा अध्यापक नहीं समझता, मैनू मेरे माँ बाप नहीं समझते, मैनू मेरे दोस्त नहीं समझते, मैनू कोई अंडरस्टैंड ही नहीं करता। उदो साढ़े को लंबे 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 होंगे ने, पर जिस दिन असं खुद को अंडरस्टैंड कर लग जाने, जिस दिन सूँ खुद ही समझ आ जाती है, जिस दिन असं खुद का हाथ फड़ लें, जिस दिन असं खुद ना हाथ मिला लें, जिस दिन असं शीशे मूहे खड़ के खुद में कह दें आई लव यू राले, माँ पुत जमे तो तेरे वर्गा चाहे 2 घंटे लेट ही जमे, उदे जाने का स्वाद आ जाता,
ਉਦੇ ਲੱਗਦਾ, ਉਦੇ ਤਾਂ ਐਂ ਵੀ ਲੱਗਣ ਲੱਗਦਾ ਕਿ ਜਿਹੜਾ ਹੋਸਟਲ ਦੀ ਸਾਹਮਣੀ ਆ ਮੈਸ 'ਚ ਬਾਹਰ ਨਿਕਲਦੇ ਟ੍ਰੀ ਹੈ ਨਾ, ਇਹ ਸਫੈਦਾ, ਇਹ ਵੀ ਮੈਨੂੰ ਅੰਡਰਸਟੈਂਡ ਕਰਦਾ। ਮੈਨੂੰ ਉਸ ਸਫੈਦਾ ਯਾਦ ਆ ਗਿਆ, ਮੈਨੂੰ ਐਂ ਹੁੰਦਾ ਸੀ ਐਡਾ ਵੱਡਾ ਸਫੈਦਾ, ਮੈਂ ਕਿਹਾ ਤੂੰ ਜਿੰਨਾ ਮਰਜ਼ੀ ਲੰਬਾ ਹੋਵੇ ਹੈ ਨਾ, ਪਰ ਤੈਨੂੰ ਇਹ ਵੀ ਪਤਾ ਕਿ ਮੈਂ ਅੰਦਰੋਂ ਕਿੰਨਾ ਲੰਬਾ। ਮੈਨੂੰ ਐਂ ਲੱਗਦਾ ਸਫੈਦਾ ਮੇਰੇ ਨਾਲ ਅੱਖ ਮਿਲਾ ਕੇ ਗੱਲ ਕਰਦਾ, ਮੈਂ ਸਫੈਦੇ ਦੀਆਂ ਅੱਖਾਂ 'ਚ ਅੱਖਾਂ ਪਾਈਆਂ ਹੁੰਦੀਆਂ। ਮੈਨੂੰ ਲੱਗਣ ਲੱਗ ਗਿਆ ਕਿ ਸਫੈਦਾ ਮੈਨੂੰ ਸਮਝਦਾ, ਅੰਡਰਸਟੈਂਡ। ਦਰਅਸਲ ਮੈਂ ਆਪਣੇ ਆਪ ਨੂੰ ਸਮਝਣ ਲੱਗ ਗਿਆ ਸੀ, ਜਿੰਨੀ ਦੇਰ ਮੈਂ ਆਪਣੇ ਆਪ ਨੂੰ ਨਹੀਂ ਸਮਝਣ ਲੱਗਿਆ ਉਨੀ ਦੇਰ ਗੜਬੜ ਸੀ, ਉਨੀ ਦੇਰ ਲੱਗਦਾ ਸੀ ਕਿ ਟੀਚਰ ਵੀ ਮੈਨੂੰ ਸਮਝਦੇ ਨਹੀਂ, ਫਲਾਣ ਨੇ ਬੜੀਆਂ ਸ਼ਿਕਾਇਤਾਂ ਹੁੰਦੀਆਂ ਸੀ। ਸੋ ਅੰਡਰਸਟੈਂਡਿੰਗ ਬਹੁਤ ਜ਼ਰੂਰੀ ਹੈ। ਦੂਜਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਮੈਂ ਕਹਿੰਦਾ ਚਾਹੇ ਕੋਈ ਬਿਮਾਰ ਹੈ, ਚਾਹੇ ਸਿੱਧਰ ਹੈ, ਚਾਹੇ ਸਿੰਪਲ ਹੈ, ਚਾਹੇ ਜਿਵੇਂ ਮਰਜ਼ੀ ਹੈ, ਪੋਇਟਰੀ ਤਾਂ ਮੈਂ ਲਿਖਣ ਲੱਗਾ ਬਾਅਦ ਦੀਆਂ ਗੱਲਾਂ ਨੇ। ਪੋਇਟਰੀ ਬਹੁਤ ਕੁਝ ਸਿਖਾਉਂਦੀ ਹੈ ਪੋਇਟਰੀ, ਹਾਂ ਸਾਨੂੰ ਕਬੀਰ, ਨਾਨਕ, ਫਰੀਦ ਸਾਰੇ ਸਿਖਾਉਂਦੇ ਹੈ, ਜਿੰਨੇ ਵੀ ਸਾਡੇ ਭਗਤ ਗੁਰੂ ਹੋਏ ਨੇ ਪੋਇਟਰੀ ਨਾਲ ਵਾਹ ਵਾਸਤਾ ਰਿਹਾ, ਜਿੰਨੇ ਸਾਡੇ ਵੀਰ ਯੋਧੇ ਹੋਏ ਨੇ ਉਹਨਾਂ ਦਾ ਪੋਇਟਰੀ ਨਾਲ ਵਾਹ ਵਾਸਤਾ ਰਿਹਾ ਹੈ ਨਾ। ਇੱਥੋਂ ਤੱਕ ਕਿ ਸਾਡੇ ਰਾਸ਼ਟਰਪਤੀ ਸਾਹਿਬ ਹੈ ਨਾ, ਸਾਇੰਟਿਸਟ ਸਾਡੇ ਅਬਦੁਲ ਸਾਹਿਬ, ਉਹਨਾਂ ਦਾ ਵੀ ਪੋਇਟਰੀ ਨਾਲ ਵਾਹ ਰਿਹਾ। ਕਿੰਨੇ ਕਮਾਲ ਦੇ ਲੋਕ ਨੇ ਜਿਨ੍ਹਾਂ ਨਾਲ ਪੋਇਟਰੀ ਨਾਲ ਵਾਹ ਰਿਹਾ। ਸੋ ਲੇਖਕਾਂ ਦਾ ਤਾਂ ਹੁੰਦਾ ਹੀ ਹੈ, ਤੁਹਾਡੇ ਜਿਹੜੇ ਚੰਗੇ ਅਧਿਆਪਕ ਹੋਣਗੇ ਉਹਨਾਂ ਨਾਲ ਪੋਇਟਰੀ ਨਾਲ ਵਾਹ ਹੋਊਗਾ। ਸੋ ਜ਼ਿੰਦਗੀ 'ਚ ਜੇ ਇਸ਼ਕ ਕਰਨਾ ਹੈ, ਜੇ ਵਧੀਆ ਸਟੂਡੈਂਟ ਬਣਨਾ ਹੈ, ਵਧੀਆ ਬੰਦੇ ਬਣਨਾ ਹੈ, ਤਾਂ ਤੁਹਾਡੀ ਜ਼ਿੰਦਗੀ 'ਚ ਪੋਇਟਰੀ ਹੋਣੀ ਚਾਹੀਦੀ ਹੈ। ਇੱਕ ਪੰਜਾਬੀ ਦਾ ਬਣਾਇਆ ਹੋਇਆ ਆਪਣੇ, ਇਹ ਆਪ ਤੁਸੀਂ ਆਪਣੇ ਤਰੀਕੇ ਨਾਲ ਸਟੂਪਿਡ ਬਣਾ ਸਕਦੇ ਹੋ, ਕੋਈ ਚੀਜ਼ ਹੋਰ ਬਣਾ ਸਕਦੇ ਹੋ। ਮੈਂ ਆਪ ਨੂੰ ਰਾਹ ਦਿਖਾਉਣ ਲਈ ਇਹ ਦੱਸਣਾ, ਟਾਰਚ ਆਪ ਜਗਾਉਣੀ ਪੈਂਦੀ। ਅਗਲਾ ਹੈ ਕਿ ਪੈਦਲ, ਦਿਮਾਗ ਤਾਂ ਪੈਦਲ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਪੈਦਲ ਤੁਰਨਾ ਚਾਹੀਦਾ ਹਰ ਰੋਜ਼। ਜਿੰਨੀ ਤੁਸੀਂ ਸਪੀਡ ਨਾਲ ਤੁਰਦੇ ਹੋ, ਮੰਨ ਲਓ ਤੁਸੀਂ 10 ਦੀ ਸਪੀਡ 'ਤੇ ਤੁਰਦੇ ਹੋ ਤਾਂ 5 ਦੀ ਸਪੀਡ 'ਤੇ ਤੁਰੋ ਰੋਜ਼ ਅੱਧਾ ਘੰਟਾ। ਜੇ ਤੁਸੀਂ 20 ਦੀ ਸਪੀਡ 'ਤੇ ਤੁਰਦੇ ਹੋ ਤਾਂ ਤੁਸੀਂ 10 ਦੀ ਸਪੀਡ 'ਤੇ ਤੁਰੋ ਰੋਜ਼ ਅੱਧਾ ਘੰਟਾ, ਅੱਧੇ ਘੰਟੇ ਦੀ ਥਾਂ 'ਤੇ ਹੌਲੀ ਹੌਲੀ ਅੱਧਾ ਘੰਟਾ ਹੋਊਗਾ। ਬਹੁਤ ਮੁਸ਼ਕਲ ਲੱਗਣਾ, 5 ਮਿੰਟ ਤੋਂ ਸ਼ੁਰੂ ਕਰਿਓ, 10 ਮਿੰਟ, 20 ਮਿੰਟ। ਜਦੋਂ ਬੰਦਾ ਸਲੋ ਤੁਰਦਾ ਹੈ, ਪੈਦਲ ਤੁਰਦਾ ਨਾ, ਜਿੰਨੇ ਤੁਸੀਂ ਕੁਐਸਚਨ ਕੀਤੇ ਸੀ, ਮੈਨੂੰ ਹਨੇਰਾ ਦਿਖਦਾ ਆਸੇ ਪਾਸੇ, ਤੁਸੀਂ ਖੁਦ ਨੂੰ ਮਿਲਦੇ ਹੋ, ਥੱਲੇ ਧਰਤੀ ਵੱਲ ਦੇਖ ਕੇ ਤੁਰਦੇ ਚੱਲੋ, ਧਰਤੀ ਵੱਲ ਦੇਖ ਕੇ 5 ਮਿੰਟ ਤੋਂ ਸ਼ੁਰੂ ਕਰੋ। ਜਦੋਂ ਅੱਧੇ ਘੰਟੇ 'ਤੇ ਆ ਜਾਂਦੇ ਨਾ, ਤੁਸੀਂ ਖੁਦ ਨੂੰ ਮਿਲਦੇ ਹੋ, ਤੁਹਾਨੂੰ ਧਰਤੀ ਤੁਰਦੀ ਦਿਖਾਈ ਦਿੰਦੀ ਹੈ, ਪੈਰ ਤੁਰਦੇ ਦਿਖਾਈ ਦਿੰਦੇ ਨੇ, ਅੱਗੇ ਯਾਤਰਾ ਕਰਦੇ ਹੋ, ਪੈਦਲ ਤੁਰਦੇ ਹੋ, ਖੁਦ ਨੂੰ ਮਿਲਦੇ ਹੋ, ਆਸੇ ਪਾਸੇ ਨੂੰ ਮਿਲਦੇ ਹੋ, ਤੁਹਾਨੂੰ ਆਸੇ ਪਾਸੇ ਦੇ ਫੁੱਲਾਂ, ਦਰੱਖਤਾਂ ਬਾਰੇ, ਧਰਤੀ ਬਾਰੇ, ਬਿਲਡਿੰਗਾਂ ਬਾਰੇ ਪਤਾ ਲੱਗਦਾ, ਥੱਲੋਂ ਹੀ ਪਤਾ ਲੱਗਦਾ ਦੇਖ ਤੋਂ। ਪੈਦਲ ਤੁਰਨਾ ਤੁਹਾਨੂੰ ਦਿਮਾਗ ਤੋਂ ਪੈਦਲ ਹੋਣ ਤੋਂ ਬਚਾਉਂਦਾ ਹੈ। ਇਹ ਮੇਰਾ ਆਪ ਪ੍ਰੈਕਟੀਕਲ ਕੀਤਾ ਹੋਇਆ ਹੁਣ ਤੱਕ, ਮੇਰੀ 50 ਸਾਲ ਦੀ ਏਜ ਹੋ ਗਈ ਹੈ, ਮੈਂ ਹੁਣ ਵੀ ਡੇਲੀ ਕਰਦਾ। ਮੈਂ ਬੜੀ ਇੰਨੀ ਸਲੋ ਸਪੀਡ 'ਤੇ ਘੱਟ ਟਾਈਮ ਹੀ ਤੁਰਨਾ, ਪਰ ਮੈਂ ਡੇਲੀ ਹਲੇ ਵੀ 9.5-10-11 ਕਿਲੋਮੀਟਰ ਤੁਰ ਲੈਣਾ, ਵਿੱਚ ਦੀ ਭੱਜ ਲੈਣਾ। ਅਸੀਂ ਆਪਣੇ ਆਪ ਲਈ ਵਕਤ ਨਹੀਂ ਕੱਢਦੇ, ਆਪਣੇ ਆਪ ਲਈ ਵਕਤ ਕੱਢ ਲਓ। ਜੇ ਜ਼ਿੰਦਗੀ ਦੇ ਵਿੱਚ ਦਿਮਾਗ ਤੋਂ ਪੈਦਲ ਹੋਣ ਤੋਂ ਬਚਣਾ ਹੈ ਤਾਂ ਪੈਦਲ ਤੁਰਿਆ ਕਰੋ, ਖੁਦ ਨੂੰ ਪੈਦਲ ਜ਼ਰੂਰ ਮਿਲਿਆ ਕਰੋ। ਪੈਦਲ ਚੱਲਣ ਤੋਂ ਹਿਚਕਚਾਇਆ ਨਾ ਕਰੋ, ਪੈਦਲ ਚੱਲਣਾ ਔਖਾ ਲੱਗਦਾ ਤਾਂ ਉਹਨਾਂ ਵੱਲ ਦੇਖਿਆ ਕਰੋ ਜਿਨ੍ਹਾਂ ਕੋਲ ਪੈਰ ਨਹੀਂ ਹੈਗੇ, ਜਿਨ੍ਹਾਂ ਦਾ ਤੁਰਨ ਨੂੰ ਜੀ ਕਰਦਾ, ਜਿਨ੍ਹਾਂ ਦਾ ਭੱਜਣ ਨੂੰ ਜੀ ਕਰਦਾ। ਉਸ ਤੋਂ ਬਾਅਦ ਆਉਂਦੀ ਹੈ ਜੀ ਆਈ, ਇੰਪਰੂਵਮੈਂਟ ਅਤੇ ਇਨਵੋਲਵਮੈਂਟ। ਇੰਪਰੂਵਮੈਂਟ ਰੋਜ਼ ਹੋਣੀ ਚਾਹੀਦੀ ਹੈ, ਇਨਵੋਲਵਮੈਂਟ ਹੋਣੀ ਚਾਹੀਦੀ ਹੈ ਹਰੇਕ ਕੰਮ ਦੇ ਵਿੱਚ। ਹੁਣ ਟਾਈਮ 35 ਮਿੰਟ ਹੋ ਗਏ ਨੇ, ਅੱਗੇ ਵੱਧਦਾ ਮੈਂ। ਔਰ ਡੀ ਦੇ ਨਾਲ ਜਿਹੜਾ ਹੈ ਕਿ ਡਿਸਿਪਲਿਨ, ਤੁਹਾਡੀ ਲਾਈਫ ਦੇ ਵਿੱਚ ਡਿਸਿਪਲਿਨ ਬਹੁਤ ਜ਼ਰੂਰੀ ਹੈ, ਡੇਅਰ, ਡੀ ਨਾਲ ਡੇਅਰ ਬਹੁਤ ਜ਼ਰੂਰੀ ਹੈ। ਸੋ ਇਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਇੱਥੇ ਮੈਸੇਜ ਵੀ ਕਰ ਦੂੰਗਾ, ਜੇ ਕਿਸੇ ਨੇ ਸਟੂਪਿਡ ਦੇ ਪੂਰੇ ਦੇਖਣੇ ਹੋਣ ਤਾਂ ਬੈਕ ਕਰਕੇ ਵੀ ਦੇਖ ਲਿਓ। ਵੈਸੇ ਮੈਂ ਨਾਲ ਦੀ ਨਾਲ ਰਿਕਾਰਡ ਕਰ ਰਿਹਾ ਕੈਮਰੇ ਵਿੱਚ, ਇਹ ਯੂਟਿਊਬ ਦੇ ਉੱਤੇ ਵੀ ਪਾਵਾਂਗੇ ਪੂਰਾ ਲੈਕਚਰ। ਮੈਨੂੰ ਪਤਾ ਸੀ ਸਟੂਡੈਂਟਸ ਨਾਲ ਗੱਲਾਂ ਹੋਣਗੀਆਂ ਅੱਛੀਆਂ ਹੋਣਗੀਆਂ। ਸੋ ਜਿਹੜੇ ਮੈਂ ਸਵਾਲਾਂ ਦੇ ਸਿਮਰਨ ਨੇ ਜਵਾਬ ਦਿੱਤੇ ਨੇ, ਬੀ ਸਟੂਪਿਡ, ਤੈਨੂੰ ਸਾਰੀਆਂ ਗੱਲਾਂ ਦੇ, ਇਹਨਾਂ ਵਿੱਚੋਂ ਘਰ ਡੀਮੋਟੀਵੇਟ ਹੋਣ ਤੋਂ ਕਿਵੇਂ ਬਚਣਾ, ਔਰ ਘਰਦਿਆਂ ਨੇ ਪ੍ਰੋਬਲਮ, ਜ਼ਿੰਦਗੀ 'ਤੇ ਨਿਰਾਸ਼ਾ ਤੋਂ ਕਿਵੇਂ ਬਚਣਾ, ਅਸੀਂ ਆਪਣੇ ਆਪ ਨੂੰ ਤੰਦਰੁਸਤ ਕਿਵੇਂ ਰੱਖੀਏ, ਇਹ ਚੀਜ਼ਾਂ ਦੇ ਜਵਾਬ ਮੈਂ ਸ਼ਾਇਦ ਸਿਮਰਨ ਮੇਰੇ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਬੈਠੀ ਹੋਵੇ, 92-93 ਦੇ ਵਿੱਚ ਮੇਰੇ ਅੰਦਰ ਆ ਕੇ ਬੈਠੀ ਹੋਵੇ, ਵੀ ਉਹਨੇ ਸਵਾਲ ਕਰਨਾ, ਉਹਨੇ ਮੇਰੇ ਤੋਂ ਲਿਖਾਇਆ ਹੋਵੇ ਮੇਰੇ ਸ਼ੀਸ਼ੇ ਦੇ ਉੱਤੇ ਬੀ ਸਟੂਪਿਡ। ਸੋ ਇਹ ਸਵਾਲ ਯੂਥ ਨਾਲ, ਵੱਡਿਆਂ ਨਾਲ, ਛੋਟਿਆਂ ਨਾਲ ਸਾਰੀ ਉਮਰ ਰਹਿੰਦੇ ਨੇ, ਰਹਿਣਗੇ। ਜਦੋਂ ਬੰਦਾ ਪੋਜ਼ਿਟਿਵ ਹੋ ਜਾਂਦਾ ਫਿਰ ਹੋਰ ਤਰੀਕੇ ਨਾਲ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਸਮੱਸਿਆਵਾਂ ਬਿਨਾਂ ਕੋਈ ਲਾਈਫ ਨਹੀਂ ਹੈਗੀ। ਔਰ ਇੱਕ ਗੱਲ ਹੋਰ, ਉਸ ਤੋਂ ਬਾਅਦ ਤੁਹਾਡੇ ਸਵਾਲਾਂ ਦੇ ਜਵਾਬ ਲੈਂਦੇ ਹਾਂ। ਆਲਾ ਇੱਕ ਲਿਖਿਆ ਹੋਇਆ ਸੀ, ਮੈਂ ਆਪਣੀ ਡਾਇਰੀ ਦੇ ਇੱਕ ਚੈਪਟਰ ਲਿਖਿਆ ਸੀ, ਬਾਹਰਲੇ ਪਾਸੇ ਲਿਖਿਆ ਹੋਇਆ ਸੀ ਆਲਾ। ਆਲਾ ਦਾ ਮਤਲਬ ਮੈਂ ਇਹ ਲਿਆ ਹੋਇਆ ਸੀਗਾ ਕਿ ਆੜੀ, ਆਲਾ ਮਤਲਬ ਮੈਂ ਤੁਹਾਨੂੰ ਦੱਸ ਹੀ ਦਿੰਦਾ ਕਿਵੇਂ ਆਲਾ ਆਲਾ।
ठीक है, आड़े नू करना आड़ी, हाहा हरखना हल लभ, ला लापरवाही लानत ते लाहा। देखो आड़ी बनो अपने आप दे, जदों अपने आप दे आड़ी बन गए आसा पासा मित्र बन जाना, किताबां आड़ी बन गईयां तां जिंदगी तुहाडी सहेली बन जानी है। जदों तुसी आ COVID-19 दे विच जदों हालात नू समस्यावां नू आड़ी बना लिया, जदों तुसी अपने आप नू घरदिआं नू आड़ी बना लिया, जे असी विश्वास कर लिया दूजे विच, किसी विच यकीन कर लिया, असी अध्यापक नू आड़ी मन लिया, असी शीशे नू आड़ी मन लिया, असी डायरी नू आड़ी मन लिया, किताब नू आड़ी मन लिया, फिर साडियां बहुत समस्यावां हल हो जांदियां ने। फिर पहला आड़ी खुद दे बणो, खुद दे मित्र बणो। जिहड़ा खुद दा आड़ी बणदा उह खुद नू खुश रखदा है, चाहे बंदा किसी मर्जी समस्या के विच होवे। ये गल भगत सिंह तो सीख लो, ये गल गुरु गोबिंद सिंह जी तो सीख लो, ये गल गुरु नानक देव जी तो सीख लो, वो खुद दे आड़ी पहला, ता करके समाज के चंगे आड़ी, ता करके साडे उस्ताद, ता करके साडे गुरु, ता करके साडे पैगंबर। आड़ी वैसे नहीं हवा च तीर नहीं छड्या, कदों मर्जी मैनूं काउंटर सवाल कर लो, दिल्ली आड़ी आड़ी बनो, तुसीं खुद दे आड़ी नहीं हैगे, बुरा नहीं मनाउणा, डोंट माइंड, तुसीं खुद दे आड़ी नहीं हैगे। ਤੁਸੀਂ ਕਹਿੰਦੇ ਹੋ ਮੈਂ ਕਿਸੇ ਫਲਾਣੇ ਦਾ ਬੈਸਟ ਫਰੈਂਡ ਆ, ਫਲਾਣੇ ਦਾ ਬਹੁਤ ਵਧੀਆ ਆੜੀ ਆ, ਉਹ ਮੇਰਾ ਆੜੀ ਨਹੀਂ। ਨਹੀਂ, ਤੁਸੀਂ ਹਲੇ ਖੁਦ ਦੇ ਆੜੀ ਨਹੀਂ। ਜਿੱਦੇ ਤੁਸੀਂ ਖੁਦ ਦੇ ਆੜੀ ਬਣ ਗਏ, ਤੁਸੀਂ ਸ਼ਿਕਾਇਤ ਕਰਨੋਂ ਘੱਟ ਜਾਓਗੇ, ਥੱਲੇ ਆ ਜਾਓਗੇ, ਫਿਰ ਤੁਸੀਂ ਹੋਰ ਚੀਜ਼ਾਂ ਸਮੱਸਿਆਵਾਂ ਦੇ ਹੱਲ ਲੱਭੋਗੇ। ਅਗਲੀ ਗੱਲ ਤਾਂ ਹੀ ਹੈ, ਹਰਖੋਗੇ ਨਹੀਂ ਫਿਰ ਹੱਲ ਲੱਭੋ, ਲਾ ਲਾਪਰਵਾਹੀ ਛੱਡ ਦਿਓ, ਲਾਣਤ ਦਵੋਗੇ ਆਪਣੇ ਆਪ ਨੂੰ ਗਲਤ ਗੱਲਾਂ ਲਈ, ਆਸੇ ਪਾਸੇ ਕੀ ਲਾਣਤ ਹੈ ਸਮਾਜ ਦੇ ਵਿੱਚ, ਕੀ ਲਾਣਤੀਪਣ ਹੋ ਰਿਹਾ ਉਹਨੂੰ ਪਹਿਚਾਣੋਗੇ, ਲਾਹਾ ਲਵੋਗੇ ਵਕਤ ਦਾ, ਲਾਹਾ ਲਵੋਗੇ ਚੰਗਾ ਬੋਲਣ ਵਾਲੇ ਦਾ, ਲਾਹਾ ਲਵੋਗੇ ਚੰਗਾ ਲਿਖਣ ਵਾਲੇ ਦਾ, ਲਾਹਾ ਲਵੋਗੇ ਚੰਗਾ ਪੜ੍ਹਾਉਣ ਵਾਲੇ ਦਾ। ਲਾਹਾ ਲੈਣਾ ਜਦੋਂ ਸ਼ੁਰੂ ਕਰ ਲਵੋਗੇ ਆਪਣੀ ਡਿਵੈਲਪਮੈਂਟ ਲਈ, ਆਪਣੇ ਆਸੇ ਪਾਸੇ ਦੀ ਭਲਾਈ ਦੇ ਲਈ, ਉਦੋਂ ਚੰਗੇ ਰਹੋਗੇ। ਲਾਹਾ ਕਿਸ ਚੀਜ਼ ਦਾ ਲੈਣਾ ਹੈ, ਠੀਕ ਹੈ, ਲਾਹਾ ਮੁਹੱਬਤ ਦਾ ਕਿਵੇਂ ਲੈਣਾ ਹੈ, ਲਾਹਾ ਦੋਸਤਾਂ ਦਾ ਕਿਵੇਂ ਲੈਣਾ, ਨਜਾਇਜ਼ ਫਾਇਦਾ ਨਹੀਂ ਲਾਹਾ। ਸੋ ਅੱਲਾ ਇਹ ਵੀ ਜ਼ਰੂਰ ਯਾਦ ਰੱਖਣਾ, ਠੀਕ ਹੈ। ਅੱਲਾ ਇਹ ਗੱਲਾਂ ਤਾਂ ਹੀ ਆਉਣਗੀਆਂ। ਮੇਰਾ ਇੱਕ ਸ਼ੇਅਰ ਹੈ ਕਿ ਇੱਕ ਇਸ਼ਕ ਇੱਕ ਬਚਪਣਾ, ਇੱਕ ਬਜ਼ੁਰਗੀ ਨੀਤ, ਇਹ ਜੇ ਬੰਦੇ ਅੰਦਰਾਂ ਕੀ ਹਾਰ ਕੀ ਜੀਤ।